ਅਸੀਂ PACL ਗਰੁੱਪ ਦੇ MD ਨੇ ਜੋ ਨਿਰਮਲ ਸਿੰਘ ਪੰਗੂ ਉਹਨਾਂ ਦੇ ਪਿੰਡ ਚ ਆ ਉਹਨਾਂ ਦੇ ਪਿੰਡ ਦੇ ਲੋਕ ਇਸ ਮਸਲੇ ਤੇ ਗੱਲ ਕਰਨ ਲਈ ਤਿਆਰ ਨਹੀਂ ਪਰ ਇਸ ਇਲਾਕੇ ਦੇ ਸੋਸ਼ਲ ਐਕਟਿਵਿਸਟ ਅਸ਼ੋਕਪਾਲ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸ਼ੋਕਪਾਲ ਜੀ ਪੰਗੂ ਸਾਹਿਬ ਦੀ ਇੱਥੇ ਹਿਸਟਰੀ ਕੀ ਹੈਗੀ ਇਹਨਾਂ ਦੀ ਕੀ ਹਿਸਟਰੀ ਆ ਕਿੱਥੋਂ ਕੰਮ ਸ਼ੁਰੂ ਕੀਤਾ ਤੇ ਕਿਵੇਂ ਗਏ ਇੱਥੇ ਤੱਕ ਇਹ ਪੰਗੂ ਸਾਹਿਬ ਤਿੰਨ ਭਰਾ ਨੇ ਜੀ ਗੁਰਦਿਆਲ ਸਿੰਘ ਦੇ ਲੜਕੇ ਨੇ ਤੇ ਇਹਨਾਂ ਦਾ ਪਿੰਡ ਇਹ ਅਟਾਰੀ ਆ ਅਸੀਂ ਜਿੱਥੇ ਖੜੇ ਆ ਤੇ ਇਹ ਸਭ ਤੋਂ ਪਹਿਲਾਂ ਤਿੰਨੇ ਭਰਾ ਦੁੱਧ ਦਾ ਕਾਰੋਬਾਰ ਕਰਦੇ ਸੀ ਇਹਨਾਂ ਦੀ ਹਾਲਤ ਬੜੀ ਪੂਅਰ ਸੀਗੀ ਜਿਹਦੇ ਚ ਇੰਨਾ ਕੋਈ ਖਾਸ ਕਮਾਈ ਨਹੀਂ ਸੀਗੀ ਤੇ ਥੋੜੇ ਸਮੇਂ ਬਾਅਦ ਫਿਰ ਇਹਨਾਂ ਨੇ ਜਨਪ੍ਰਿਆ ਤੇ ਪੀਅਰਲੈਸ ਵਗੈਰਾ ਕੰਪਨੀਆਂ ਜੁਆਇਨ ਕੀਤੀਆਂ ਤੇ ਫਿਰ ਉਹ ਤੋਂ ਬਾਅਦ ਇਹ ਚੰਡੀਗੜ੍ਹ ਸ਼ਿਫਟ ਹੋ ਗਏ ਚੰਡੀਗੜ੍ਹ ਤੋਂ ਬਾਅਦ ਫਿਰ ਇਹਨਾਂ ਨੇ ਆਪਣੀ ਕੰਪਨੀ ਪਰਲ ਬਣਾਈ ਤੇ ਪਰਲ ਦੇ ਵਿੱਚੋਂ ਫਿਰ ਥੋੜਾ ਇਹਨਾਂ ਦਾ ਚੜਾਓ ਆਉਣਾ ਸ਼ੁਰੂ ਹੋ ਗਿਆ ਜਿੱਥੋਂ ਇਹਨਾਂ ਨੇ ਅੱਜ ਇਹ ਸਮਝ ਲਓ ਵੀ 40-45-50 ਹਜ਼ਾਰ ਕਰੋੜ ਦੇ ਮਾਲਕ ਨੇ ਐਸੇ ਇੱਥੇ ਲੋਕ ਇਨਵੈਸਟ ਕਰਦੇ ਨੇ ਇਹਨਾਂ ਦੀ ਜਿਹੜੀ PACL ਕੰਪਨੀ ਆ ਪੂਰੀ ਦੇਸ਼ ਦੁਨੀਆ ਦੇ ਅੰਦਰ ਇਨਵੈਸਟਮੈਂਟ ਕਰਨ ਲਈ ਲੋਕ ਇੱਥੋਂ ਦੇ ਲੋਕ ਕਰਦੇ ਨੇ ਨਹੀਂ ਸ਼ਾਇਦ ਮੇਰੇ ਖਿਆਲ ਇਸ ਇਲਾਕੇ 'ਚ ਤਾਂ ਕੋਈ ਇਹਨੂੰ ਇੰਨਾ ਤਰਜੀਹ ਨਹੀਂ ਦੇ ਰਹੇ ਕਿਉਂਕਿ ਲੋਕਾਂ ਨੂੰ ਇੰਨਾ ਪਤਾ ਹੀ ਨਹੀਂ ਵੀ ਇਹ ਕੰਪਨੀ ਕਿਆ ਕੰਮ ਕਰਦੀ ਹੈ ਕਿਆ ਨਹੀਂ ਕਰਦੀ ਲੋਕਾਂ 'ਚ ਵਿਸ਼ਵਾਸ ਕਿੰਨਾ ਕਿਹੜੇ ਇੱਥੋਂ ਇਲਾਕੇ ਦੇ ਲੋਕ ਨੇ ਇਹਨਾਂ ਦੇ ਪਰਿਵਾਰ ਨਾਲ ਜੁੜੇ ਹੋਏ ਨੇ ਤਕਰੀਬਨ ਇਹਨਾਂ ਦੇ ਇੱਕ ਸ਼ੋਭਰ ਆ ਰਹਿੰਦੇ ਨੇ ਨਛੱਤਰ ਸਿੰਘ ਉਹ ਪਿੰਡ ਇੱਥੇ ਅਟਾਰੀ ਰਹਿੰਦੇ ਨੇ ਤੇ ਉਹਨਾਂ ਨੂੰ ਤਾਂ ਲੋਕ ਕਾਫੀ ਜਾਣਦੇ ਨੇ ਇਹ ਨਿਰਮਲ ਸਿੰਘ ਪੰਗੂ ਪਿੰਡ ਬਹੁਤ ਘੱਟ ਆਉਂਦੇ ਨੇ ਇਸ ਕਰਕੇ ਲੋਕਾਂ 'ਚ ਇੰਨਾ ਕੋਈ ਜ਼ਿਆਦਾ ਕਰੇਜ਼ ਨਹੀਂ ਹੈ